ਦੇਖੋ ਜਦੋਂ ਦੀ ਸਾਡੀ ਸਰਕਾਰ ਬਣੀ ਹੈ, ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਔਰ ਜੋ ਸਾਡੇ ਨੈਸ਼ਨਲ ਕੁਨਰ ਅਰਵਿੰਦ ਕੇਜਰੀਵਾਲ ਜੀ ਆ, ਉਹਨਾਂ ਨੇ ਸਿਹਤ ਕ੍ਰਾਂਤੀ ਦਾ ਸ਼ੁਰੂ ਕੀਤਾ ਸੀਗਾ। ਸਿਹਤ ਕ੍ਰਾਂਤੀ, ਸਿੱਖਿਆ ਕ੍ਰਾਂਤੀ ਔਰ ਰੁਜ਼ਗਾਰ ਕ੍ਰਾਂਤੀ, ਔਰ ਇਸ ਤੋਂ ਸਿਵਾਏ ਸਿਵਲ ਕਮਿਊਨਿਟੀਜ਼। ਤੁਸੀਂ ਸਾਰੇ ਜਣੇ ਲੁਧਿਆਣੇ ਦੇ ਰਹਿਣ ਵਾਲੇ ਹੋ, ਤੁਸੀਂ ਜਾਣਦੇ ਹੋ ਕਿ ਇੱਥੇ ਬੜੀ ਪ੍ਰੋਬਲਮ ਸੀ ਜਦੋਂ ਮੈਂ ਪਹਿਲੀ ਵਾਰੀ ਆਇਆ ਸੀਗਾ। ਅਤੇ ਜਿਹੜਾ ਤੁਹਾਡਾ ਜਿਹੜਾ ਫਰਸ਼ ਆ ਉਹ ਵੀ ਖੋਖਲਾ ਕੀਤਾ ਹੋਇਆ ਚੁਹਾਂ ਨੇ, ਜਿਹੜੀ ਜਿਵੇਂ ਪੈਸਟ ਕੰਟਰੋਲ ਕਰਕੇ ਸਾਰੇ ਜਿੰਨੇ ਵੀ ਤੁਹਾਡੇ ਉਹਨੂੰ ਕੰਟਰੋਲ ਕੀਤਾ ਗਿਆ। ਤੁਹਾਡਾ ਤਕਰੀਬਨ 60-70% ਇਹਦਾ ਹਸਪਤਾਲ ਦਾ ਕੰਮ ਹੋ ਚੁੱਕਿਆ। ਸੋ ਸਾਡਾ ਜਨਵਰੀ ਦਾ ਟਾਰਗੇਟ ਹੈ ਕਿ ਇਹਨੂੰ ਅਸੀਂ ਸਟੇਟ ਆਫ ਦੀ ਆਰਟ ਬਣਾ ਕੇ ਔਰ ਇਹਦੇ ਵਿੱਚ ਸਾਰੀਆਂ ਸੁਵਿਧਾਵਾਂ ਦੇ ਕੇ ਇੱਥੇ ਇੰਟੈਂਸਿਵ ਕੇਅਰ ਯੂਨਿਟ ਔਰ ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ, ਤਾਂ ਕਿ ਜਿਹੜੀਆਂ ਕਿਸੇ ਵੀ ਕਾਰਪੋਰੇਟ ਹੋਸਪਿਟਲ 'ਚ ਸਹੂਲਤਾਂ ਮਿਲਦੀਆਂ ਤੁਹਾਨੂੰ ਇੱਥੇ ਮਿਲਣ, ਕਿਸੇ ਨੂੰ ਮਜਬੂਰੀ 'ਚ ਨਾ ਜਾਣਾ ਪਵੇ, ਮਹਿੰਗਾ ਇਲਾਜ ਕਰਾਉਣਾ ਪਵੇ। ਜਿਹੜਾ ਗਰੀਬ ਬੰਦਾ ਉਹਨੂੰ ਸਹੂਲਤਾਂ ਅਮੀਰ ਬੰਦੇ ਦੇ ਬਰਾਬਰ ਜੀਆਂ ਮਿਲਣ। ਸੋ ਉਸ ਕਰਕੇ ਮੈਂ ਇੱਥੇ ਵੀ ਆ ਰਿਹਾ, ਮੈਂ ਸਾਰੇ ਜਿਹੜੇ ਜ਼ਿਲ੍ਹਾ ਹਸਪਤਾਲ ਹੈ ਸਾਰਿਆਂ 'ਚ ਜਾ ਰਿਹਾ, ਸਾਰੇ ਸਬ ਡਿਵੀਜ਼ਨ ਹੋਸਪਿਟਲ ਜਾ ਰਿਹਾ। ਪਹਿਲਾਂ ਜ਼ਿਲ੍ਹਾ ਹਸਪਤਾਲ ਹੈ ਜੀ, ਪਹਿਲਾਂ ਇਹਦਾ ਬਿਲਡਿੰਗ ਦਾ ਕੰਮ ਹੋ ਰਿਹਾ, ਇਕੁਇਪਮੈਂਟ ਦਾ ਆ ਰਿਹਾ, ਦਵਾਈਆਂ ਸਾਰੀਆਂ ਪਹੁੰਚ ਚੁੱਕੀਆਂ ਹੈਗੀਆਂ ਔਰ ਜਿਹੜੀ ਮੈਨ ਪਾਵਰ ਦੀ ਰਿਕਰੂਟਮੈਂਟ ਹੈ ਉਹ ਚੱਲ ਰਹੀ ਹੈ। ਡਾਕਟਰਸ ਬਹੁਤ ਜਲਦੀ ਆ ਜਾਣਗੇ, ਡਾਕਟਰ ਦੀ ਸ਼ੋਰਟੇਜ ਸੀਗੀ ਜਿੱਦਣ ਕੋਡ ਖਤਮ ਹੋ ਗਿਆ, ਇਸੇ ਮਹੀਨੇ ਦੇ ਵਿੱਚ ਅਗਲੇ 15 ਦਿਨ ਦੇ ਵਿੱਚ ਮੈਡੀਕਲ ਅਫਸਰ ਵੀ ਆ ਜਾਣਗੇ। ਸੋ ਜਿਹੜੀਆਂ ਸਰਵਿਸਿਜ਼ ਆ ਉਹ ਬਿਹਤਰ ਹੋਣਗੀਆਂ। ਅੱਛਾ, ਤੁਸੀਂ ਦਵਾਈਆਂ ਦੀ ਗੱਲ ਕੀਤੀ ਹੈ, ਇਹ ਇੱਕ ਮਾਮਲਾ ਸਾਹਮਣੇ ਆਇਆ, ਇੱਕ ਸਮਾਜ ਸੇਵੀ ਸੰਸਥਾ ਦੇ ਉਹਨੇ ਇੱਕ ਸ਼ਿਕਾਇਤ ਪਾਈ ਹੈ, ਸਰਕਾਰ ਨੂੰ ਵੀ ਪਾਈ ਹੈ, ਬਿਜ਼ਨਸ ਵਿਭਾਗ ਨੂੰ ਵੀ ਪਾਈ ਹੈ। ਇੱਥੇ ਸ਼ਿਵਰਾਜ ਮਿੱਤਲ ਹੈ, ਉਹ ਘੁਟਾਲਿਆਂ ਦੇ ਬਿੱਲ ਕਾਫੀ ਬਾਹਰ ਆਏ ਨੇ, ਉਹ ਇੱਥੇ ਦਵਾਈਆਂ ਪਹੁੰਚੀਆਂ ਨਹੀਂ ਪਰ ਬਿੱਲ ਜ਼ਰੂਰ ਕੱਟੇ ਗਏ ਨੇ, ਕਰੋੜਾਂ ਰੁਪਏ ਦਾ ਘੁਟਾਲਾ ਆਖ ਰਹੇ ਨੇ ਵੀ ਇਹ ਹੋਇਆ। ਤੁਸੀਂ ਕਿਵੇਂ ਦੇਖਦੇ ਹੋ, ਤੁਹਾਡੇ ਧਿਆਨ ਦੇ ਵਿੱਚ ਹੈਗਾ ਕਿ ਡਾਇਰੈਕਟਰ ਦੇ ਕੋਲ ਇਹ ਜਾਂਚ ਵੀ ਚੱਲ ਰਹੀ ਹੈ? ਨਹੀਂ ਨਹੀਂ, ਜਦੋਂ ਕੋਈ ਵੀ ਮੇਰੇ ਕੋਲ ਕੰਪਲੇਂਟ ਆਉਂਦੀ ਹੈ ਉਹਨੂੰ ਮਾਰ ਕਰਕੇ ਉਹਦੀ ਇਨਕੁਆਇਰੀ ਕੀਤੀ ਜਾਂਦੀ ਹੈ। ਜਦੋਂ ਇਨਕੁਆਇਰੀ ਦੀ ਰਿਪੋਰਟ ਆ ਜਾਏ ਕਿ ਤੁਹਾਡੇ ਨਾਲ ਸਾਰੇ ਅਸੀਂ ਸ਼ੇਅਰ ਕਰਾਂਗੇ ਜੀ ਉਹ। ਇੱਕ ਤਾਂ ਹੁੰਦੇ ਆ ਵਾਈਡ ਐਲੀਗੇਸ਼ਨ, ਜਦੋਂ ਕੋਈ ਵੀ ਕੋਈ ਐਕਸ਼ਨੇਬਲ ਇਨਫੋਰਮੇਸ਼ਨ ਮੈਨੂੰ ਦਿੰਦਾ ਕਿਸੇ ਚੀਜ਼ ਦੀ ਵੀ ਹੋਵੇ ਸਿਹਤ ਨਾਲ ਰਿਲੇਟਡ, ਕਈ ਵਾਰੀ ਮੈਨੂੰ ਕੋਈ ਤੁਹਾਡੇ ਨਾ ਜੀ ਮਤਲਬ ਖਬਰ ਆ ਜਾਂਦੀ ਆ, ਮੈਂ ਰੋਜ਼ ਸਵੇਰੇ ਜਿਹੜੀਆਂ ਸਾਰੀਆਂ ਨਿਊਜ਼ ਦੇਖਦਾ ਸੋਸ਼ਲ ਮੀਡੀਆ 'ਤੇ ਵੀ। ਕਈ ਵਾਰੀ ਕੋਈ ਬੰਦਾ ਜਿਹੜਾ ਹੁੰਦਾ ਉਹ ਮੈਨੂੰ ਉਹਦੇ 'ਤੇ ਜਿਹੜਾ ਤੁਹਾਡਾ ਅੱਜ ਕੱਲ੍ਹ ਐਕਸ ਹੈਗਾ ਜਿਹਨੂੰ ਪਹਿਲਾਂ ਟਵਿੱਟਰ ਕਹਿੰਦੇ ਸੀਗੇ, ਉਹਦੇ 'ਤੇ ਵੀ ਮੈਂ ਉਹਦੀ ਵੀ ਕੋਗਨੀਜੈਂਸ ਲੈਂਦਾ ਜੇ ਮੇਰੇ ਧਿਆਨ ਵਿੱਚ ਆ ਜਾਵੇ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈ ਜੀ, ਅਸੀਂ ਵੀ ਆਰ ਵੈਰੀ ਅਲਾਈਵ। ਅਸੀਂ ਜਿਹੜੀਆਂ ਤੁਹਾਡੀਆਂ ਸੈਂਸ਼ਲ ਡਰੱਗ ਲਿਸਟ ਹੈ ਉਹ ਸਾਡੇ ਕੋਲ ਤਕਰੀਬਨ 253 ਮਤਲਬ ਵੈਸੇ 276 ਹੈਗੀਆਂ, ਉਹਨੂੰ ਸਾਡਾ ਰੇਟ ਕੋਂਟਰੈਕਟ ਹੋ ਗਿਆ, ਉਹ ਸਾਰੀਆਂ ਅਵੇਲੇਬਲ ਆ ਸਾਡੇ ਵੇਅਰ ਹਾਊਸਸ ਦੇ ਵਿੱਚ ਪਈਆਂ ਹੋਈਆਂ, ਕੋਈ ਦਿੱਕਤ ਨਹੀਂ ਹੈ। ਹੈਲਥ ਮਿਨਿਸਟਰ ਸਾਹਿਬ, ਹੈਲਥ ਮਿਨਿਸਟਰ ਸਾਹਿਬ, ਗੱਲ ਇਹ ਹੈ ਕਿ ਆਮ ਆਦਮੀ ਪਾਰਟੀ, ਚਲੋ ਇਮਾਨਦਾਰ, ਅਤੇ ਕਿੰਨੇ ਕਲੀਨਿਕ ਖੁੱਲ੍ਹੇ ਨੇ ਪੂਰੇ ਪੰਜਾਬ ਦੇ ਵਿੱਚ, ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਹੋ, ਥੱਲੜੇ ਲੈਵਲ 'ਤੇ ਤੁਹਾਨੂੰ ਲੱਗਦਾ ਨਹੀਂ ਕਿ ਇਹ ਘੁਟਾਲਾ ਹੋ ਰਿਹਾ ਹੋਵੇਗਾ? ਇਹਦੀ ਜਾਂਚ ਚੱਲ ਰਹੀ ਹੈ ਬਿਜ਼ਨਸ ਵਿਭਾਗ ਦੇ ਕੋਲ? ਤੁਸੀਂ ਨਾ ਮੇਰੀ ਇੱਕ ਬੇਨਤੀ ਸੁਣੋ ਜੀ, 881 ਆਮ ਆਦਮੀ ਕਲੀਨਿਕ ਖੁੱਲ੍ਹੇ ਆ ਜੀ, ਉਹਦੇ ਵਿੱਚ 2.3 ਕਰੋੜ ਲੋਕਾਂ ਨੇ ਇਲਾਜ ਕਰਾਇਆ, 1 ਕਰੋੜ ਆ ਵੀ ਜਿਹੜੇ ਪੇਸ਼ੈਂਟ ਇੱਕ ਵਾਰੀ ਆਏ ਆ, 1.3 ਕਰੋੜ ਉਹ ਆ ਜਿਹੜੇ ਵਾਰ ਵਾਰ ਆਏ ਆ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਆ, ਹਾਰਟ 'ਤੇ ਆ ਰਹੇ ਆ। ਹੁਣ 881 ਦੇ ਵਿੱਚੋਂ ਜੇ ਕੋਈ 2-4-5-10-11 ਜਿਹੜੇ ਡਾਕਟਰ ਇਹੋ ਜਿਹੇ ਹੈਗੇ ਆ ਜਿਹੜੇ ਕੋਈ ਜਾਅਲੀ ਕੇਸ ਪਾ ਰਹੇ ਆ, ਉਹਦੇ ਕਰਕੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਜਿਹੜੇ ਬਾਕੀ ਦੇ 870 ਉਹ ਵੀ ਖਰਾਬ ਹੈ। ਅਸੀਂ ਉਹਦੇ ਵਾਸਤੇ ਅਸੀਂ ਨਾ ਜੀ 5,500 ਲੋਕਾਂ ਨੂੰ ਅਸੀਂ ਕਾਲ ਕੀਤਾ ਕਿ ਤੁਸੀਂ ਹਸਪਤਾਲ ਗਏ ਸੀ, ਕੀ ਐਕਸਪੀਰੀਅੰਸ ਸੀਗਾ। 98% ਲੋਕ ਸੈਟਿਸਫਾਈਡ ਹੈ ਜੀ, ਸਿਰਫ 2% ਲੋਕਾਂ ਨੂੰ ਕੋਈ ਨਾ ਕੋਈ ਸ਼ਿਕਾਇਤ ਸੀ। ਉਹਦੇ ਵਿੱਚ ਕੁਛ ਕੁ ਡਾਕਟਰ ਸੀਗੇ ਸਾਡੇ ਜਿਹੜੇ ਸਾਨੂੰ ਪਤਾ ਲੱਗਿਆ ਵੀ ਉਹ ਜਿਵੇਂ ਇੱਕ ਪੇਸ਼ੈਂਟ ਆਇਆ ਨਾ ਜੀ, ਉਹ ਦਵਾਈ ਲੈ ਗਿਆ, ਉਹਨੂੰ ਹਰ ਹਫ਼ਤੇ ਪਾਈ ਜਾਂਦੇ, ਉਹਦਾ ਨੰਬਰ ਆ ਗਿਆ ਉਹਨਾਂ ਕੋਲ। ਅਤੇ ਇਸੇ ਤਰ੍ਹਾਂ ਅਸੀਂ ਹੁਣ ਜਿਹੜੇ ਸਾਡੇ ਇਹ ਵਾਲੇ ਜਿਹਨੂੰ ਸੈਕੰਡਰੀ ਕੇਅਰ ਕਹਿੰਦੇ ਹਾਂ, ਡਿਸਟ੍ਰਿਕਟ ਹੋਸਪਿਟਲ, ਸਬ ਡਿਵੀਜ਼ਨ ਹੋਸਪਿਟਲ ਵੀ ਆ, ਮੈਂ ਜਿਹੜੀ ਫੀਡਬੈਕ ਹੈ ਜੀ ਉਹ 2 ਸੋਰਸਿਸ ਤੋਂ ਲੈਣਾ। ਤੁਸੀਂ ਤਾਂ ਪਹਿਲਾਂ ਦਿੰਦੀ ਉਹ ਜੋੜ ਤੁਸੀਂ ਗੱਲ ਕੀਤੀ ਆ, ਦੂਜਾ ਮੈਂ ਪੇਸ਼ੈਂਟਸ ਤੋਂ ਲੈ ਰਿਹਾ। ਹੁਣ ਸਾਡੇ ਅਸੀਂ ਮੈਂ ਉੱਥੇ ਆਪਣੇ ਪੂਰੇ ਸੈੱਲ ਬਣਾ ਦਿੱਤੇ ਆ ਜੀ ਆਪਣੇ ਦਫ਼ਤਰ ਦੇ ਵਿੱਚ, ਔਰ ਇਹ ਸਾਰੇ ਡਾਕਟਰਾਂ ਨੂੰ ਵਾਸਤੇ ਅਸੀਂ ਮਰੀਜ਼ ਤੋਂ ਫੀਡਬੈਕ ਲੈਂਦੇ ਹਾਂ ਵੀ ਤੂੰ ਗਿਆ ਸੀ, ਤੇਰਾ ਕੀ ਐਕਸਪੀਰੀਅੰਸ ਹੈ। ਤੁਹਾਡੇ ਧਿਆਨ ਦੇ ਵਿੱਚ ਹੈਗਾ ਸ਼ਿਵਰਾਜ ਮਿੱਤਲ ਦਾ ਮਾਮਲਾ? ਮੇਰੇ ਧਿਆਨ 'ਚ ਸਾਰੇ ਪੰਜਾਬ ਦੇ ਮਸਲੇ ਆ ਜੀ, ਸਾਰਿਆਂ ਦੀ ਅਸੀਂ ਜਾਂਚ ਕਰ ਰਹੇ ਹਾਂ, ਜਿਹੜੇ ਪੁਰਾਣੇ ਵੀ ਆ ਉਹਨਾਂ ਦੀ ਵੀ, ਜਿਹੜੇ ਨਵੇਂ ਉਹਨਾਂ ਦੇ ਵੀ, ਸਾਰਾ ਸਾਡੇ ਧਿਆਨ 'ਚ ਹੈ। ਅਸੀਂ ਪੇਸ਼ੈਂਟ ਤੋਂ ਫੀਡਬੈਕ ਲੈਂਦੇ ਹਾਂ ਜੀ,
ਜਿਹੜਾ ਜਦੋਂ ਸਾਡਾ ਮਤਲਬ ਹੈ ਜੀ ਸਾਡਾ ਮਰੀਜ਼ ਖੁਸ਼ ਹੈ, ਜੇ ਮਰੀਜ਼ ਕਹਿੰਦਾ ਮੈਂ ਗਿਆ ਸੀ ਡਾਕਟਰ ਨੇ ਹੱਸ ਕੇ ਗੱਲ ਕੀਤੀ ਬਹੁਤ ਵਧੀਆ ਇਲਾਜ ਕੀਤਾ, ਮੇਰੇ ਟੈਸਟ ਵੀ ਅੰਦਰੋਂ ਹੋਏ ਆ, ਮੇਰਾ ਇਲਾਜ ਵੀ ਅੰਦਰੋਂ ਹੋਇਆ, ਮੈਨੂੰ ਦਵਾਈ ਵੀ ਅੰਦਰੋਂ ਮਿਲੀ ਆ, ਮੇਰਾ ਕੋਈ ਖਰਚਾ ਨਹੀਂ ਹੋਇਆ। ਜੇ ਇਹਦੇ ਵਿੱਚ ਕਿਤੇ ਵੀ ਕੋਈ ਗੜਬੜ ਹੈ, ਅਗਲਾ ਕਹਿੰਦਾ ਜੀ ਮੈਨੂੰ ਕਹਿੰਦੇ ਵੀ ਆਹ ਟੈਸਟ ਇੱਥੇ ਵਧੀਆ ਨਹੀਂ ਹੁੰਦਾ, ਬਾਹਰੋਂ ਕਰਾ ਲਿਆ, ਆਹ ਤੈਨੂੰ 6 ਦਵਾਈਆਂ ਦੇਤੀਆਂ, ਇੱਕ ਬਾਹਰੋਂ ਲੈ ਲਈ, ਜਾਂ ਕਹਿੰਦਾ ਵੀ ਤੂੰ ਗੱਲ ਸੁਣ ਤੇਰੇ ਕੋਲ ਕਾਰਡ ਤਾਂ ਹੈਗਾ ਹੀ ਆ, ਤੂੰ ਇੱਥੇ ਕਿਉਂ ਕਰਦਾ, ਮੈਂ ਫਲਾਣੇ ਹਸਪਤਾਲ ਚੱਲ ਜਾਵਾਂ, ਉੱਥੇ ਆ ਕੇ ਆਪਰੇਸ਼ਨ ਤਾਂ ਮੈਂ ਹੀ ਕਰਨਾ, ਇੱਥੇ ਵੀ ਮੈਂ ਹੀ ਕਰਨਾ, ਉੱਥੇ ਵੀ ਮੈਂ ਹੀ ਕਰਨਾ, ਉਹ ਮਤਲਬ ਕੋਈ ਉਹਨਾਂ ਨੂੰ ਕਿਸੇ ਬਹਾਨੇ ਬਾਹਰ ਲੈ ਕੇ ਜਾਂਦਾ। ਸੋ ਇਹ ਸਾਨੂੰ ਸਾਰਾ ਕੁਝ ਪਤਾ ਲੱਗਣ ਲੱਗ ਗਿਆ ਜੀ, ਵੀ ਆ ਵੈਰੀ ਰੋਬਸਟ ਮੈਕੈਨਿਜ਼ਮ ਆ। ਸਰ 2 ਦਿਨ ਪਹਿਲਾਂ ਕਾਇਆ ਕਲਪ ਦੀ ਟੀਮ ਵੀ ਇੱਥੇ ਆਈ ਸੀਗੀ, ਕੁਝ ਉਹਨਾਂ ਨੇ ਐਕਸਪਾਇਰੀ ਦਵਾਈਆਂ ਵੀ ਪਕੜੀਆਂ ਸੀਗੀਆਂ, ਉਹ ਵੀ ਸਾਹਮਣੇ ਆਏ ਸੀ। ਦੇਖੋ ਜਦੋਂ ਇਸ ਤਰ੍ਹਾਂ ਹੈਗਾ, ਅਸੀਂ ਮੈਡੀਸਨ ਲਗਾਤਾਰ ਸਪਲਾਈ ਕਰ ਰਹੇ ਹਾਂ, ਡਾਕਟਰਾਂ ਨੂੰ ਪੈਸੇ ਦੇ ਦਿੱਤੇ ਆ, ਤੁਹਾਡੇ ਕੋਲ SMO ਸਾਹਿਬ ਕਿੰਨੇ ਪੈਸੇ ਪਏ ਜੀ ਹੁਣ? ਨਹੀਂ ਜਿਹੜੇ ਤੁਹਾਡੇ ਜਿਹੜੀ ਅਸੀਂ ਜਿਹੜੀ ਫ੍ਰੀ ਡਰੱਗ ਇਨੀਸ਼ੀਏਟਿਵ ਦੇ ਵਿੱਚ ਤੁਹਾਨੂੰ 5 ਲੱਖ ਰੁਪਏ ਮਿਲਦਾ ਨਾ, ਉਹਦੇ 'ਚ ਪਏ ਹੋਣ ਕਿਸੇ ਪਾਸੇ ਤੁਹਾਡੇ ਕੋਲ ਪਏ ਜੀ? ਇਹਨਾਂ ਨੂੰ ਸਾਰਿਆਂ ਨੂੰ ਅਸੀਂ ਪੈਸੇ ਦਿੱਤੇ ਆ ਵੀ ਮਰੀਜ਼ ਨੂੰ ਦਵਾਈ ਲੈਣ ਨਹੀਂ ਭੇਜਣਾ ਤੁਸੀਂ ਬਾਹਰੋਂ ਜੀ। ਜਿਹੜੀ ਗੱਲ ਐਕਸਪਾਇਰਡ ਦੀ ਆ, ਕੋਈ ਦਵਾਈ ਪਈ ਹੈ, ਕੋਈ ਐਕਸਪਾਇਰ ਕਰ ਗਈ ਆ, ਉਹਦੇ 'ਚ ਬੜਾ ਸਿੰਪਲ ਜਿਹਾ ਹੈਗਾ ਜੀ, ਇਹਨਾਂ ਨੇ ਉਹਨੂੰ ਕਰਕੇ ਸਾਰਾ, ਉਹਦੀ ਇੱਕ ਉਹਦਾ ਪ੍ਰੋਸੀਜਰ ਹੈਗਾ, ਉਹਨੂੰ ਜਿਹੜਾ ਹੈਗਾ ਉਹਨੂੰ ਕਰਕੇ ਪ੍ਰੋਸੀਜਰ ਨੂੰ ਫੋਲੋ ਕਰਕੇ ਉਹਨੂੰ ਡਿਸਟਰੋਏ ਕਰ ਦਿਓ। ਕਿਸੇ ਹੋ ਸਕਦਾ ਕਿਤੇ ਪਈ ਕੋਈ ਮੈਡੀਸਨ ਨਾ ਯੂਜ਼ ਹੋਈ ਹੋਵੇ, ਉਹਦੇ ਵਿੱਚ ਵੀ ਅਸੀਂ ਇਹ ਕੀਤਾ, ਅਸੀਂ ਡਾਕਟਰਸ ਤੋਂ ਉਹਨਾਂ ਦੀ ਰਿਕੁਆਇਰਮੈਂਟ ਲੈਂਦੇ ਹਾਂ ਜੀ। ਜਿਹੜਾ ਡਿਸਟ੍ਰਿਕਟ ਹਸਪਤਾਲ 'ਚ ਉਹਦੇ 'ਚ ਰਿਕੁਆਇਰਮੈਂਟ ਹੋ ਰਿਹਾ ਜੀ, ਜਿਹੜਾ ਸਾਹਨੇਵਾਲ ਦਾ ਹਸਪਤਾਲ ਹੈ ਉਹਦੇ 'ਚ ਹੋ ਰਿਹਾ ਜੀ, ਜਿਹੜਾ ਤੁਹਾਡਾ ਕੋਈ ਜਵੱਦੀ 'ਚ ਉਹਦੀ ਰਿਕੁਆਇਰਮੈਂਟ ਹੋ ਰਿਹਾ। ਅਸੀਂ ਉਹਨਾਂ ਨੂੰ ਪੁੱਛਦੇ ਵੀ ਜਿਹੜੇ ਸਪੈਸ਼ਲਿਸਟ ਆ ਉਹ ਦਵਾਈਆਂ ਲੈ ਕੇ ਜਾਓ, ਪਹਿਲਾਂ ਉਹੀ ਭੇਜ ਦਿੰਦੇ ਸੀ। ਅਸੀਂ ਬਹੁਤ ਸਾਰੇ ਰਿਫੋਰਮਸ ਲੈ ਕੇ ਆ ਰਹੇ ਹਾਂ ਜੀ, ਇਹਦੇ ਵਿੱਚ ਜਿਵੇਂ EOSD ਦੇ ਉੱਤੇ ਸਾਰੀਆਂ ਦਵਾਈਆਂ ਅਵੇਲੇਬਲ ਹੈ ਕਿ ਵੇਅਰ ਹਾਊਸ 'ਚ ਕਿਹੜੀ ਪਈ ਆ, ਮੇਰੇ ਟੇਬਲ ਦੇ ਉੱਤੇ ਵੀ ਕੰਪਿਊਟਰ ਆ ਜੀ, ਸੈਕਟਰੀ ਦੇ ਟੇਬਲ ਦਾ ਵੀ ਕੰਪਿਊਟਰ ਆ, ਸਾਰੇ ਸਾਡੇ ਨਵੇਂ ਇਨੀਸ਼ੀਏਟਿਵ ਆ ਜੀ। ਮੈਨੂੰ ਪਤਾ ਵੀ ਕਿਹੜੇ ਮਹੱਲਾ ਕਲੀਨਿਕ 'ਚ ਕਿੰਨੇ ਪੇਸ਼ੈਂਟਸ ਗਏ ਆ, ਉਹਨਾਂ ਦੇ ਨੰਬਰ ਮੇਰੇ ਕੋਲ ਵੀ ਆਉਂਦੇ ਆ, ਮੈਂ ਸਿੱਧਾ ਮੈਂ ਵੀ ਟੈਲੀਫੋਨ ਕਰਦਾ ਜੀ, ਸੈਕਟਰੀ ਵੀ ਕਰਦਾ, ਡਾਇਰੈਕਟਰ ਵੀ ਕਰਦੀ ਆ, ਸੋ ਅਸੀਂ ਪੇਸ਼ੈਂਟ ਤੋਂ ਫੀਡਬੈਕ ਲੈ ਰਹੇ ਹਾਂ, ਤੁਹਾਡੇ ਕੋਲ ਵੀ ਲਿਆ। ਚਲੋ ਥੈਂਕ ਯੂ, ਬਹੁਤ ਬਹੁਤ ਧੰਨਵਾਦ। ਔਰ ਅਰਵਿੰਦ ਕੇਜਰੀਵਾਲ ਜੀ ਨੇ ਸਿਹਤ ਕ੍ਰਾਂਤੀ ਦਾ ਕੰਮ ਸ਼ੁਰੂ ਕੀਤਾ ਸੀ, ਉਹਦੇ ਵਿੱਚ ਸਾਰੇ ਜਿੰਨੇ ਡਿਸਟ੍ਰਿਕਟ ਹਸਪਤਾਲ ਹੈ, ਸਬ ਡਿਵੀਜ਼ਨ ਹਸਪਤਾਲ ਹੈ, ਉਹਨਾਂ ਨੂੰ ਅਪਗ੍ਰੇਡ ਕੀਤਾ ਜਾਣਾ। ਪਹਿਲਾਂ ਜ਼ਿਲ੍ਹਾ ਹਸਪਤਾਲਾਂ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ, ਉਹਨਾਂ ਦਾ ਜਿਹੜਾ ਬਿਲਡਿੰਗ ਸਾਰੀਆਂ ਠੀਕ ਕਰਕੇ, ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੀ ਰਿਪੇਅਰ ਨਹੀਂ ਹੋਈ ਸੀ, ਇੱਥੇ ਚੂਹਿਆਂ ਦੀ ਪ੍ਰੋਬਲਮ ਸੀ ਉਹਦਾ ਹੱਲ ਕੀਤਾ ਗਿਆ, ਔਰ ਤੁਹਾਡੇ ਤਕਰੀਬਨ 70-75% ਕੰਮ ਹੋ ਚੁੱਕਿਆ ਇਹਦਾ। ਹੁਣ ਜਿਹੜਾ ਰੰਗ ਰੋਗਨ ਹੋ ਕੇ ਸਾਰਾ, ਔਰ ਤੁਹਾਡਾ ICU ਬਣਨਾ, ਲਿਫਟ ਲੱਗ ਗਈ ਹੈ, ਰੈਂਪ ਬਣਨਾ, ਫਾਇਰ ਫਾਈਟਿੰਗ ਦਾ ਬਣਨਾ, ਇਹ ਸਾਰਾ ਜਿਹੜਾ ਕੰਮ ਹੈ ਚੱਲ ਰਿਹਾ ਹੈਗਾ, ਉਹ ਸਾਡੇ ਜਿਹੜੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਸੰਜੀਵ ਅਰੋੜਾ ਜੀ, ਉਹ ਕਰਾ ਕੇ ਦੇ ਰਹੇ ਆ। ਪਹਿਲਾਂ ਉਹਨਾਂ ਨੇ ਗੈਪ ਅਨੈਲਿਸਿਸ ਕੀਤਾ, ਹੁਣ ਜਿਹੜੇ ਹੈਗੇ ਆ ਸਾਰਾ ਕੰਮ ਹੋ ਰਿਹਾ, ਫਿਜ਼ੀਕਲ ਕੰਮ ਹੋ ਰਿਹਾ, ਉਹਦਾ ਰਿਵਿਊ ਆ ਜੀ। ਜਿਹੜੇ ਤੁਹਾਡੇ ਡੇਂਗੂ ਆ ਉਹਦੇ ਵਿੱਚ ਮਤਲਬ ਉਹਦਾ ਰਿਵਿਊ ਹੈਗਾ, ਸੋਰੀ ਡੇਂਗੂ ਬਹੁਤ ਘਟਿਆ, ਬਟ ਇਹਦੇ ਵਾਸਤੇ ਅਸੀਂ ਉਹਦਾ ਰਿਵਿਊ ਕਰਨਾ ਹੈਗਾ। ਇਸੇ ਤਰ੍ਹਾਂ ਜਿਵੇਂ ਪੰਜਾਬ 'ਚ ਲੋਕਾਂ ਦੇ ਗੁਰਦੇ ਫੇਲ ਹੋ ਰਹੇ ਆ, ਉਹਦੇ ਵਾਸਤੇ ਲਾਈਫ ਸਟਾਈਲ ਡਿਸਆਰਡਰ ਹੈ, ਬਲੱਡ ਪ੍ਰੈਸ਼ਰ, ਸ਼ੂਗਰ, ਮੈਂ ਇਸ ਤੋਂ ਪਹਿਲਾਂ ਦਯਾਨੰਦ ਵਿੱਚ ਮੀਟਿੰਗ ਕਰਕੇ ਆਇਆ, ਉਹਦੇ ਵਿੱਚ ਅਸੀਂ ਜਿਹੜਾ ਹੈਗਾ ਮਾਸ ਸਕਰੀਨਿੰਗ, ਜਿਵੇਂ ਉਹਨਾਂ ਨੇ ESI ਹੋਸਪਿਟਲ ਸ਼ੁਰੂ ਕੀਤੀ ਆ, 60,000 ਬੰਦਿਆਂ ਦਾ ਜਿਹੜਾ ਹੈਗਾ ਉਹ BP ਸ਼ੂਗਰ ਚੈੱਕ ਕਰਕੇ ਉਹਨਾਂ ਨੂੰ ਦਵਾਈ ਦੇ ਉੱਤੇ ਪਾਉਣਾ, ਅਲਟੀਮੇਟਲੀ ਸਾਰੇ ਪੰਜਾਬੀਆਂ ਦਾ ਮੈਡੀਕਲ ਚੈੱਕਅਪ ਕਰਕੇ ਅਸੀਂ ਜਿਹੜਾ ਹੈਗਾ ਅਸੀਂ ਉਹਨਾਂ ਦੇ ਜਿਹੜਾ ਮਤਲਬ ਸਾਰਾ ਸਟਾਫ ਦੀ ਟ੍ਰੇਨਿੰਗ, ਸਟ੍ਰੋਕ ਵਾਸਤੇ, ਹਾਰਟ ਅਟੈਕ ਵਾਸਤੇ, ਐਪੀਲੈਪਸੀ ਵਾਸਤੇ, ਇੱਦਾਂ ਮੈਡੀਕਲ ਕਾਲਜ ਦੇ ਨਾਲ ਕੋਲੈਬੋਰੇਟ ਪ੍ਰੋਜੈਕਟ ਸ਼ੁਰੂ ਕਰ ਰਹੇ ਹਾਂ ਜੀ, ਅਤੇ ਸਾਰੇ ਜਿਹੜੇ ਪੰਜਾਬੀਆਂ ਨੂੰ ਤੰਦਰੁਸਤ ਬਣਾਉਣ ਵਾਸਤੇ, ਚਾਹੇ ਉਹ ਯੋਗਾ ਹੈ, ਪ੍ਰਾਇਮਰੀ ਕੇਅਰ ਹੈ, ਸੈਕੰਡਰੀ ਕੇਅਰ ਹੈ, ਟਰਸ਼ਰੀ ਕੇਅਰ ਹੈ, ਤਿੰਨਾਂ ਨੂੰ ਸਟਰੈਂਥਨ ਕਰ ਰਹੇ ਹਾਂ, ਔਰ ਉਹਨਾਂ ਦੇ ਵਿੱਚ ਆਊਟਰੀਚ ਆ ਜਿਹੜਾ ਕਮਿਊਨਿਟੀ ਪਾਰਟੀਸਪੇਸ਼ਨ ਕਰ ਰਹੇ ਹਾਂ। ਆਉਣ ਵਾਲੇ ਦਿਨਾਂ ਵਿੱਚ ਤੁਸੀਂ ਦੇਖੋਗੇ ਕਿ ਹਰ ਪਿੰਡ ਦੇ ਵਿੱਚ ਜਿਹੜੀ ਸਿਹਤ ਕਮੇਟੀ ਹੋਏਗੀ, ਜਿਹਦੇ ਵਿੱਚ ਉਹ ਪਿੰਡ ਦੀ ਸੈਨੀਟੇਸ਼ਨ ਦਾ, ਪਿੰਡ 'ਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਹੈਗੀਆਂ, ਬੱਚੇ ਕਿੰਨੇ ਆ, ਕਿੰਨੇ ਅੰਡਰ ਨਰਿਸ਼ਡ ਹੈ, ਪ੍ਰੈਗਨੈਂਟ ਲੇਡੀਜ਼ ਕਿੰਨੀਆਂ, ਬਲੱਡ ਪ੍ਰੈਸ਼ਰ ਸ਼ੂਗਰ ਦੇ ਮਰੀਜ਼ ਕਿੰਨੇ ਆ,
ਇਕੱਲੇ ਇਕੱਲੇ ਬੰਦੇ ਦਾ ਜਿਹੜਾ ਚੈੱਕਅਪ ਕਰਕੇ ਉਹਨਾਂ ਨੂੰ ਸਾਰਿਆਂ ਨੂੰ ਦਵਾਈ ਤੇ ਪਾਇਆ। ਸਰ ਇੱਕ ਸਭ ਤੋਂ ਵੱਡੀ ਗੱਲ ਹੈ, ਜਿਵੇਂ ਲੁਧਿਆਣਾ 35 ਲੱਖ ਦੀ ਵਰਦੀ ਆ ਮੈਡੀਕੋ ਲੀਗਲ ਵਾਸਤੇ ਜਾਂ ਜਿਹੜੇ ਪਰਚੇ ਕਟਵਾਉਣ, ਇੱਕੋ ਹੋਸਪਿਟਲ ਦਿੰਦਾ ਉਹਦੇ ਲਈ ਕੋਈ ਲੁਧਿਆਣੇ 'ਚ ਪ੍ਰਬੰਧ ਕੀਤੇ ਹੋਏ, ਜਿਵੇਂ ਚਾਰ ਏਰੀਆ ਜਿਵੇਂ ਇੱਥੇ MCL ਦੇ 4 ਯੂਨਿਟ ਨੇ, ਵੀ ਉਹਦੇ ਲਈ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਕੀਤਾ ਜਾਊਗਾ ਤਾਂ ਜੋ ਡਾਕਟਰਾਂ ਦੇ ਜਿਹੜਾ ਪ੍ਰੈਸ਼ਰ ਆ ਇੰਨਾ ਜ਼ਿਆਦਾ ਉਹਦੇ ਲਈ ਕੁਛ ਕੀਤਾ ਜਾ ਰਿਹਾ ਜੀ? ਹਾਂ ਬਿਲਕੁਲ ਠੀਕ ਹੈ ਜੀ। ਇਹਦੇ ਵਿੱਚ ਜਿਹੜਾ ਤੁਹਾਡਾ ਪਹਿਲਾਂ ਡਿਸਟ੍ਰਿਕਟ ਹੋਸਪਿਟਲ, ਸਾਡੇ ਕੋਲ ਮੈਡੀਕਲ ਆਫਿਸਰ ਦੀ ਸ਼ੋਰਟੇਜ ਹੈ, 400 ਡਾਕਟਰ ਸਾਡੇ ਮਤਲਬ ਅਗਲੇ 15-20 ਦਿਨ 'ਚ ਜੁਆਇਨ ਕਰ ਜਾਣਗੇ, ਫਿਰ ਹੋਰ ਜ਼ਿਆਦਾ ਅਸੀਂ ਕਰਾਂਗੇ ਉਹਨਾਂ ਨੂੰ ਭਰਤੀ। ਪਹਿਲਾਂ ਮੇਰੀ ਕੋਸ਼ਿਸ਼ ਆ ਕਿ ਜਿਹੜੇ ਡਿਸਟ੍ਰਿਕਟ ਹੋਸਪਿਟਲ ਨੇ ਸਾਰੀਆਂ ਸਹੂਲਤਾਂ ਹੋ ਜਾਣ, ਮੈਡੀਕਲ ਆਫਿਸਰ ਪੂਰੇ ਹੋਣ, ਇੱਥੇ ਤਾਂ ਪੂਰਾ ਹੋਵੇ ਨਾ ਜੀ ਸਟਾਫ। ਇਹਦੇ ਵਾਸਤੇ ਜਿਹੜੇ ਹੈਗੇ ਆ ਸਪੈਸ਼ਲੀ ਫੋਰੈਂਸਿਕ ਦੇ ਟ੍ਰੇਨ ਡਾਕਟਰ ਹੈਗੇ ਆ, ਉਹਨਾਂ ਦੀ ਡਿਊਟੀ ਲਗਾ ਰਹੇ ਹਾਂ, ਉਹਨਾਂ ਦੀ ਵੀ ਸ਼ੋਰਟੇਜ ਹੈ, ਉਹਨਾਂ ਦੀ ਭਰਤੀ ਕਰ ਰਹੇ ਹਾਂ। ਇਸੇ ਤਰ੍ਹਾਂ ਜਿਹੜਾ ਤੁਸੀਂ ਕਿਹਾ ਹੈਗਾ ਤੁਹਾਡੇ ਨਾ ਜੀ 6 ਆਲਰੇਡੀ ਜਿਹੜੇ ਹੈਗੇ ਆ ਉਹ ਅਰਬਨ CSCs ਬਣੇ ਹੋਏ ਆ, ਜਦੋਂ ਮੈਂ ਭਰਤੀ ਕਰਾਂਗਾ ਜੀ ਉਹਨਾਂ ਦਾ ਪਰਪਜ਼ ਇਹ ਸੀਗਾ ਕਿ ਇਹਨੂੰ ਡੀਕਨਜੈਸਟ ਕਿੱਦਾਂ ਕਰਨਾ ਜੀ, ਜਦੋਂ ਉਹਨਾਂ ਦੀ ਭਰਤੀ ਹੋ ਜਾਏਗੀ ਉਹਨਾਂ ਨੂੰ ਫਿਰ ਡੀਕਨਜੈਸਟ ਕਰਨ ਵਾਸਤੇ ਵੀ ਜਿਹੜਾ ਹੈਗਾ ਉਹ ਅਗਲਾ ਸਟੈਪ ਲਵਾਂਗਾ। ਸਰ ਇੱਕ ਕਿਤੇ ਨਾ ਕਿਤੇ ਜਿਹੜੇ ਡਾਕਟਰ ਹੈਗੇ ਨੇ ਉਹ ਅਨਸੇਫ ਮਹਿਸੂਸ ਕਰ ਰਹੇ ਨੇ ਆਪਣੇ ਆਪ ਨੂੰ, ਕਿਉਂਕਿ ਐਮਰਜੈਂਸੀ ਦੇ ਵਿੱਚ ਐਸੇ ਐਸੇ ਕੇਸਿਸ ਆਉਂਦੇ ਆ ਕਿ ਕਿਸੇ ਵੇਲੇ ਤਾਂ ਅਸੀਂ ਖੁਦ ਲੁਧਿਆਣਾ ਸ਼ਹਿਰ ਦੇ ਮਤਲਬ ਕਿ ਐਮਰਜੈਂਸੀ ਵਿੱਚ ਕਈ ਵਾਰੀ ਹੰਗਾਮਾ ਦੇਖਿਆ ਵਾ, ਕਈ ਵਾਰੀ ਤੋੜ ਭੰਨ ਦੇਖੀ ਆ, ਔਰ ਡਾਕਟਰ ਜਿਹੜੇ ਹੁੰਦੇ ਆ ਉਹ ਇੰਨੇ ਕੁ ਆਪਣੇ ਆਪ ਨੂੰ ਅਨਸੇਫ ਮਹਿਸੂਸ ਕਰਦੇ, ਉਹਨਾਂ ਦੀ ਸੇਫਟੀ ਵਾਸਤੇ ਕੀ ਕੀਤਾ ਜਾ ਰਿਹਾ? ਹਾਂ ਉਹਦੇ ਵਾਸਤੇ ਸੇਫਟੀ ਵਾਸਤੇ ਅਸੀਂ ਇੱਕ ਤਾਂ ਮੈਨ ਪਾਵਰ ਹੋਰ ਰੱਖ ਰਹੇ ਹਾਂ, CCTV ਲੱਗ ਰਹੇ ਆ, ਲਾਈਟਾਂ ਲੱਗ ਰਹੀਆਂ ਤਾਂ ਕਿ ਰਾਤ ਦੇ ਟਾਈਮ 'ਤੇ। ਦੂਜਾ ਅਸੀਂ ਜਿਹੜਾ ਇੱਕ ਨਵਾਂ ਰੈਵੋਲਿਊਸ਼ਨਰੀ ਸਟੈਪ ਹੈ ਉਹ ਸਾਡਾ ਹੈਗਾ ਕਿ ਅਸੀਂ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ ਹੋਣਗੇ ਜਿਹੜੇ ਕਿ ਐਮਰਜੈਂਸੀ ਦੇ OPD ਦੇ ਸਾਹਮਣੇ ਬਣਨਗੇ। ਉੱਥੇ ਜਿਹੜਾ ਸਾਡਾ ਸਟਾਫ ਹੋਏਗਾ ਨਾ ਜੀ, ਜਦੋਂ ਕੋਈ ਐਮਰਜੈਂਸੀ 'ਚ ਪੇਸ਼ੈਂਟ ਆਉਂਦਾ ਉਹਦੇ ਨਾਲ 20 ਬੰਦੇ ਹੁੰਦੇ ਆ, 50 ਬੰਦੇ ਹੁੰਦੇ, ਸਾਰੇ ਐਮਰਜੈਂਸੀ 'ਚ ਆ ਵੜਦੇ ਆ, ਉਸ ਤੋਂ ਅੱਗੇ ਉਹਨਾਂ ਦੀ ਐਂਟਰੀ ਕਲੋਜ਼ ਮਤਲਬ ਜਿਹੜੀ ਹੋਏਗੀ ਉਹ ਕੰਟਰੋਲਡ ਹੋਏਗੀ, ਇੱਕ ਪੇਸ਼ੈਂਟ ਦੇ ਨਾਲ ਸਿਰਫ ਇੱਕ ਅਟੈਂਡੈਂਟ ਜਾਏਗਾ, ਐਮਰਜੈਂਸੀ ਦੇ ਵਿੱਚ ਐਂਟਰੀ ਨਹੀਂ ਹੋਏਗੀ ਉਹਨਾਂ ਦੀ। ਪਰ ਸਰ ਸਿਕਿਉਰਿਟੀ ਨਹੀਂ ਹੈਗੀ ਸਰ, ਸਿਕਿਉਰਿਟੀ ਅਗਰ ਲਗਾਈ ਜਾਵੇ ਤਾਂ ਸ਼ਾਇਦ ਕਿਤੇ ਨਾ ਕਿਤੇ ਇਸ ਚੀਜ਼ ਉੱਤੇ ਥੱਲ ਪਾਈ ਜਾ ਸਕਦੀ ਹੈ। ਸਿਕਿਉਰਿਟੀ ਸਟਰੈਂਥਨ ਕਰ ਰਹੇ ਹਾਂ ਜੀ ਅਸੀਂ, ਸਿਕਿਉਰਿਟੀ ਦਾ ਮਤਲਬ ਇਹ ਨਹੀਂ ਹੈ ਕਿ ਉੱਥੇ ਕੋਈ ਆਪਣਾ ਬੰਦੂਕਾਂ ਫੜਾ ਕੇ ਬੰਦੇ ਖੜੇ ਕਰਨੇ ਆ, ਸਿਕਿਉਰਿਟੀ ਪ੍ਰੋਟੋਕਾਲ ਹੁੰਦੇ ਆ ਜੀ, ਉਹਦੇ 'ਚ ਅਸੀਂ ਸਿਸਟਮ ਇਹੋ ਜਿਹਾ ਬਣਾ ਦਿੰਦਾ ਕਿ ਐਮਰਜੈਂਸੀ ਸਿਰਫ ਪੇਸ਼ੈਂਟ ਜਾਏਗਾ ਔਰ ਇੱਕ ਅਟੈਂਡੈਂਟ ਜਾਏਗਾ, ਬੰਦਾ ਕੋਈ ਅਨਆਥੋਰਾਈਜ਼ਡ ਐਂਟਰੀ ਨਹੀਂ ਹੋਏਗੀ ਉਹਦੇ 'ਚ, ਹੋਸਪਿਟਲ ਦੇ ਵਿੱਚ ਨਹੀਂ ਹੋਏਗੀ। ਉਹਦਾ ਦੂਜਾ ਅਸੀਂ ਉਹਦਾ ਇਹ ਕੀਤਾ ਹੈਗਾ, ਤੁਹਾਡਾ ਜਿਹੜਾ ਸਿਵਲ ਸਰਜਨ ਹੈ, ਜਿਹੜਾ ਤੁਹਾਡਾ ਡਿਪਟੀ ਕਮਿਸ਼ਨਰ ਆਫ ਪੁਲਿਸ ਹੈ ਔਰ ਜਿਹੜੇ ਮਤਲਬ ਡਿਪਟੀ ਕਮਿਸ਼ਨਰ ਹੈ, ਇਹਨਾਂ ਦੇ ਲੈਵਲ 'ਤੇ ਕਮੇਟੀਆਂ ਬਣਾਤੀਆਂ ਜੀ। ਇਸੇ ਤਰ੍ਹਾਂ ਜਿਹੜਾ SMO ਆ ਉਹਨਾਂ ਦਾ, ਜਿਹੜਾ ਕੰਸਰਨਡ ਏਰੀਆ ਦਾ DSP ਆ, ਔਰ ਜਿਹੜਾ ਮੈਡੀਕਲ ਅਫਸਰ ਹੈ ਉਹਨਾਂ ਕੋਲ SHO ਦਾ, ਉਹਨਾਂ ਕੋਲ ਮਤਲਬ ਹੋਟਲਾਈਨ ਵਾਲੀ ਗੱਲ ਹੈ ਜੀ, ਜਦੋਂ ਉਹਨਾਂ ਨੂੰ ਕਾਲ ਕਰਨਗੇ ਵਿਦਿਨ 3-5 ਮਿੰਟਸ ਹਸਪਤਾਲ 'ਚ ਪਹੁੰਚ ਜਾਣਗੇ। ਨਹੀਂ ਨਹੀਂ ਤੁਸੀਂ ਇਹਨੂੰ ਤੁਸੀਂ ਓਵਰ ਐਮਫਸਾਈਜ਼ ਕਰ ਰਹੇ ਹੋ, ਮੈਨੂੰ ਲੱਗਦਾ ਨਹੀਂ ਐਡੀ ਵੱਡੀ ਗੱਲ ਹੈ। ਡਾਕਟਰ ਸਾਹਿਬ ਕਿੰਨੀ ਕੁ ਪ੍ਰੋਬਲਮ ਹੈ ਜੀ? ਕੋਈ ਮਤਲਬ ਨਹੀਂ ਹੈ, ਕੋਈ ਪਲਾਣੀ ਪਈ, ਕੋਈ ਐਕਸਪਾਇਰ ਹੋ ਗਈ ਹੋਏਗੀ, ਉਹਦਾ ਅਸੀਂ ਪੀਰੀਓਡਿਕਲੀ ਚੈੱਕ ਕਰਦੇ ਹਾਂ ਜੀ। ਅਸੀਂ ਤਾਂ ਮੈਡੀਸਨ ਦਾ ਅਸੀਂ ਜਨਵਰੀ ਸ਼ੁਰੂ ਕੀਤਾ ਜੀ, ਅਤੇ ਅਸੀਂ 2-3 ਸਾਲ ਦੀ ਜਿਹੜੀ ਹੁੰਦੀ ਹੈ, ਜਿਹੜੀ ਐਕਸਪਾਇਰੀ ਹੁੰਦੀ ਹੈ ਉਹੀ ਲੈਂਦੇ ਹਾਂ। ਕੋਈ ਪੁਰਾਣੀ ਕੋਈ ਕਿਤੇ ਮੈਡੀਸਨ ਪਈ ਹੋਣੀ ਜਿਹੜੀ ਯੂਜ਼ ਨਾ ਹੋਈ ਹੋਵੇ, ਇੱਦਾਂ ਦੀ ਕੋਈ ਗੱਲ ਨਹੀਂ ਹੈ। ਚਲੋ ਇਹ ਤਾਂ ਹੋ ਗਿਆ ਸਰ। ਸਰ ਉਹ ਹਰਿਆਣੇ ਦੀ ਖਬਰ ਪੜ੍ਹ ਲਈ ਹੋਣੀ ਤੁਸੀਂ, ਹਰਿਆਣੇ 'ਚ ਹੋਇਆ ਜੀ, ਬਹੁਤ ਵੱਡਾ, 5.5 ਕਰੋੜ ਦਾ, ਉੱਥੇ ਹੋਇਆ ਜੀ। ਸਰ 108 ਐਂਬੂਲੈਂਸਾਂ ਜਿਹੜੀਆਂ ਕਬਾੜ ਬਣ ਰਹੀਆਂ ਇਸ ਵੇਲੇ ਲੁਧਿਆਣਾ, ਇਸ ਸਿਵਲ ਹੋਸਪਿਟਲ ਜਿੱਥੇ ਤੁਸੀਂ ਖੜੇ ਹੋ ਇੱਥੇ ਵੀ 10 ਐਂਬੂਲੈਂਸਾਂ ਐਸੀਆਂ ਹੈਗੀਆਂ ਜਿਹੜੀਆਂ ਕਬਾੜ ਬਣ ਗਈਆਂ ਸਰ। ਲੱਗਦਾ ਨਹੀਂ ਹੈ ਤੁਸੀਂ ਦੇਖਿਆ ਹੋਣਾ ਪਿੱਛੇ ਜਿਹਾ ਨਾ ਜੀ, ਮੇਰੇ ਖਿਆਲ 3 ਕੁ ਮਹੀਨੇ ਹੋਏ ਆ ਜੀ, 58 ਜਿਹੜੀਆਂ ਨਵੀਆਂ ਐਂਬੂਲੈਂਸਾਂ ਆ, ਜਿਹਦੇ ਵਿੱਚ ਅਸੀਂ ਤਕਰੀਬਨ ਐਡਵਾਂਸ ਲਾਈਫ ਸਪੋਰਟ ਵਾਲੇ ਫੀਚਰ ਦਿੱਤੇ ਆ, ਸਾਰੀ ਇਕੁਪਮੈਂਟ ਆ ਉਹਨਾਂ ਦੇ ਵਿੱਚ, ਮਤਲਬ ਡੀਫਿਬਰੀਲੇਟਰ ਵੀ ਆ ਉਹਦੇ 'ਚ, ਮਤਲਬ ਡਿਲੀਵਰੀ ਕਿੱਟ ਤੱਕ ਸਾਰਾ ਕੁਛ ਆ ਉਹਦੇ 'ਚ। 58 ਪਹਿਲਾਂ ਦਿੱਤੀਆਂ ਸੀ ਜੀ ਅਸੀਂ, ਆ ਹੁਣ ਸਾਡਾ ਅਗਲਾ ਆਰਡਰ ਹੋ ਗਿਆ 37 ਦਾ, ਜਿਹੜੀਆਂ ਤੁਹਾਡੀਆਂ ਜਿਹੜੀ ਨੋਰਮਲ ਲਾਈਫ ਵੱਧ ਤੋਂ ਵੱਧ 15 ਸਾਲ ਹੁੰਦੀ ਆ, ਸਾਰੀਆਂ ਨੂੰ ਰਿਪਲੇਸ ਕਰ ਰਹੇ ਹਾਂ। ਚਲੋ ਅੱਜ ਜਿਹੜਾ ਮੇਨ ਹੈ ਜੀ ਮੇਰਾ, ਜਿਹੜਾ ਡੇਂਗੂ ਹੈ ਅਤੇ ਹੋਰ ਜਿਹੜੀਆਂ ਵੈਕਟਰ ਬੋਰਨ ਡਿਜ਼ੀਜ਼ ਹੈ, ਪਿਛਲੀ ਵਾਰੀ ਇਹਨਾਂ ਦੇ ਜਿਹੜੇ ਸੀਗੇ ਨਾ ਤੁਹਾਡੇ 1114 ਕੇਸ ਹੋਏ ਸੀ, ਇਸ ਵਾਰੀ ਤਕਰੀਬਨ 350 ਦੇ ਕਰੀਬ ਹੋਏ ਆ। ਕਿੰਨੇ ਆ ਜੀ ਐਗਜੈਕਟ? 391 ਹੈ ਜੀ।
ਪਿਛਲੀ ਵਾਰੀ 1100 ਤੋਂ ਉੱਪਰ ਸੀ, ਇਸ ਵਾਰੀ ਜਿਹੜੇ ਹੈਗੇ 400 ਤੋਂ ਘੱਟ ਹੈ। ਇਹ ਜਿਹੜੀ ਰਿਡਕਸ਼ਨ ਹੈ ਕਿੱਦਾਂ ਹੋਈ ਹੈ? ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬੜੇ ਅਸੀਂ ਨਵੇਂ ਇਨੀਸ਼ੀਏਟਿਵ ਲਏ, ਜਿੰਨੀਆਂ ਨਰਸਿੰਗ ਸਟੂਡੈਂਟਸ ਹੈ ਅਸੀਂ ਉਹਨਾਂ 'ਚੋਂ 5000 ਨੂੰ ਟ੍ਰੇਨ ਕਰ ਚੁੱਕੇ ਹਾਂ ਵੀ ਉਹਨਾਂ ਨੇ ਡੈਂਗੂ ਦਾ ਲਾਰਵਾ ਚੈੱਕ ਕਰਨਾ, ਔਰ ਉਹਨਾਂ ਨੂੰ ਅਸੀਂ ਬਰੀਡਿੰਗ ਚੱਕਰ ਬਣਾ ਦਿੱਤਾ ਸਾਰਿਆਂ ਨੂੰ। ਇਸੇ ਤਰ੍ਹਾਂ ਉਹਨਾਂ ਨੂੰ ਅਸੀਂ ਜਿਵੇਂ ਤੁਹਾਡੇ ਗੁਰਦੇ ਫੇਰ ਹੁੰਦੇ ਆ ਲੋਕਾਂ ਦੇ ਕਮਿਊਨੀਕੇਟ ਡਿਜ਼ੀਜ਼ ਵਾਸਤੇ ਟ੍ਰੇਨਿੰਗ ਦੇ ਰਹੇ ਹਾਂ। ਸੋ ਜਿੰਨੀਆਂ ਵੀ ਨਰਸਿੰਗ ਸਟੂਡੈਂਟ ਹੈ, ਜਿੰਨੇ ਮੈਡੀਕਲ ਸਟੂਡੈਂਟਸ ਹੈ ਔਰ ਜਿੰਨੇ ਇੰਟਰਨਸ ਹੈਗੇ ਆ, ਸਾਰਿਆਂ ਨੂੰ ਟ੍ਰੇਨਿੰਗ ਦੇ ਰਹੇ ਹਾਂ। ਇਸ ਤੋਂ ਬਾਅਦ ਅਗਲੇ ਸਾਲ ਮੈਂ ਜਿੰਨੇ ਡਿਗਰੀ ਕਾਲਜਿਸ ਹੈ, ਤੁਸੀਂ ਦੇਖੋ ਵੀ 2,00,000 ਬੱਚਿਆਂ ਨੂੰ ਟ੍ਰੇਨਿੰਗ ਦੇ ਦਿੰਦੀਆਂ ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ, ਤਾਂ ਕਿ ਡੈਂਗੀ ਦਾ ਲਾਰਵਾ ਅਸੀਂ ਉਹਨੂੰ ਮਤਲਬ ਡੈਂਗੀ ਜਿਹੜਾ ਹੈਗਾ ਉਹਦੀ ਅਸੀਂ ਇਸ ਵਾਰੀ ਸਾਡੇ 50% ਰਿਡਕਸ਼ਨ ਹੋਈ ਹੈ। ਅਗਲੀ ਵਾਰੀ ਮੇਰਾ ਟਾਰਗੇਟ 90% ਰਿਡਕਸ਼ਨ ਦਾ ਹੈਗਾ। ਤੁਸੀਂ ਵੀ ਦੇਖ ਰਹੇ ਹੋ ਕਿ ਇਸ ਵਾਰੀ ਡੈਂਗੂ ਦੀ ਹਾਹਾਕਾਰ ਨਹੀਂ ਮੱਚੀ ਹੈ ਜੀ, ਬਲੱਡ ਦੀ ਸ਼ੋਰਟੇਜ ਨਹੀਂ ਹੋਈ, ਮੈਡੀਸਨ ਦੀ ਸ਼ੋਰਟੇਜ ਨਹੀਂ ਹੋਈ, ਕਿੰਨਾ ਫਾਇਦਾ ਹੁੰਦਾ ਇਹਦਾ ਜੀ। ਇਸੇ ਤਰ੍ਹਾਂ ਅਸੀਂ ਜਿਹੜਾ ਹੈਗਾ ਤੁਹਾਡੇ ਲੋਕਾਂ ਦੇ ਗੁਰਦੇ ਫੇਲ ਹੁੰਦੇ ਆ, ਹਾਰਟ ਅਟੈਕ ਹੁੰਦਾ, ਬ੍ਰੇਨ ਸਟ੍ਰੋਕ ਹੁੰਦਾ, ਇਹਨਾਂ ਨੂੰ ਲਾਈਫ ਸਟਾਈਲ ਡਿਸਆਰਡਰ ਕਹਿੰਦੇ ਆ। ਇਹਦੇ ਵਾਸਤੇ ਅਸੀਂ ਜਿਹੜਾ ਹੈਗਾ ਇਹਦੇ ਵਾਸਤੇ ਵੀ 50,000 ਨਰਸਿੰਗ ਸਟੂਡੈਂਟਸ ਨੂੰ ਟ੍ਰੇਨ ਕਰ ਰਹੇ ਹਾਂ ਜੀ। ਸੋ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੀਆਂ ਲਾਈਫ ਸਟਾਈਲ ਡਿਸਆਰਡਰਸ ਹੈ, ਵੈਕਟਰ ਬੋਰਨ ਡਿਜ਼ੀਜ਼ ਹੈ, ਔਰ ਜਿਹੜਾ ਹੋਸਪਿਟਲ ਦੀ ਜਿਹੜਾ ਕੰਮ ਚੱਲ ਰਿਹਾ ਇਹਦੀ ਕੀ ਪ੍ਰੋਗਰੈਸ ਹੈ, ਆਪਾਂ ਨੂੰ ਕਿਹੜੀ ਕੀ ਰਿਕੁਆਇਰਮੈਂਟਸ ਆ, ਆਪਣੀਆਂ ICU ਸ਼ੁਰੂ ਕਰਨਾ ਉਹਦੇ ਵਾਸਤੇ ਆਪਣੇ ਕੋਲ ਕੀ ਹੈਗਾ, ਕੀ ਆਪਣੇ ਗੈਪਸ ਹੈਗੇ ਆ, ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ ਕਰਨਾ ਉਹਦੇ ਵਾਸਤੇ ਕੀ ਕੁਛ ਹੈਗਾ, ਸਾਰਾ ਉਹ ਸਾਰਾ ਕੁਛ ਕਰਨਾ।